ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ 200 ਕਿਲੋਮੀਟਰ ਪੈਂਦਾ। ਸੋ ਇੱਕ ਆ ਸਿੱਖ ਪਰਿਵਾਰ ਮੋਟਰਸਾਈਕਲ ਦੇ ਉੱਤੇ ਸ਼ਹੀਦ ਦੀਪ ਸਿੰਘ ਸਿੱਧੂ ਹੋਣਾ ਦੇ ਨਿਮਿੱਤ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ। ਇਹ ਸਿੱਖਾਂ ਦਾ ਜਜ਼ਬਾ, ਇਹ ਇਹੋ ਜਿਹੀਆਂ ਵਿੱਥਾਂ ਨੂੰ ਕੀ ਸਮਝਦੇ ਆ, ਜਜ਼ਬੇ ਦੇ ਨਾਲ ਗੁਰੂ ਦੇ ਪੰਥ ਲਈ ਜਾ ਹਾਜ਼ਰ ਹੁੰਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ। ਕੱਲ੍ਹ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ, ਜਿੱਥੇ ਕਿ ਰਿਕਾਰਡ ਤੋੜ ਇਕੱਠ ਹੋਇਆ, ਜਿਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜੋੜਾ ਘਰ ਤੱਕ ਫੁੱਲ ਹੋ ਗਏ। ਅਤੇ ਉੱਥੇ ਹੀ ਹੁਣ ਦੀਪ ਸਿੱਧੂ ਦੇ ਅੰਤਿਮ ਅਰਦਾਸ ਤੋਂ ਬਾਅਦ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਧੀ ਦੀਆਂ ਕੁਝ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਕਿ ਪਹਿਲੀ ਵਾਰ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਸੰਗਤ ਦੇ ਨਾਲ, ਜਿੱਥੇ ਕਿ ਦੀਪ ਸਿੱਧੂ ਦੇ ਖਾਸ ਦੋਸਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਅਤੇ ਇਤਿਹਾਸਕਾਰ ਅਜਮੇਰ ਸਿੰਘ ਜੀ ਨੇ ਕੁਝ ਖਾਸ ਗੱਲਬਾਤ ਸਾਂਝੀ ਕੀਤੀ ਕਿ ਦੀਪ ਸਿੱਧੂ ਦੀ ਧੀ ਅਤੇ ਉਹਨਾਂ ਦੀ ਪਤਨੀ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਤੇ ਅੰਤਿਮ ਅਰਦਾਸ ਦੇ ਲਈ ਕੀ ਅਹਿਮ ਖੁਲਾਸੇ ਕੀਤੇ ਗਏ। ਦੱਸ ਦਈਏ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਧੀ ਅਤੇ ਉਹਨਾਂ ਦੀ ਪਤਨੀ ਜੋ ਕਿ ਮੁੰਬਈ ਤੋਂ ਪਹੁੰਚੇ ਸਨ ਲੁਧਿਆਣਾ ਵਿਖੇ, ਤਾਂ ਉਹਨਾਂ ਨੂੰ ਅੰਤਿਮ ਜੋ ਦਰਸ਼ਨ ਹਨ ਉਹ ਵੀ ਕਰਨ ਦਾ ਮੌਕਾ ਨਹੀਂ ਮਿਲਿਆ, ਜਿਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵੱਡਾ ਵਿਰਾਗ ਹੈ। ਉੱਥੇ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਅੰਤਿਮ ਸੰਸਕਾਰ ਮੌਕੇ ਅਗਨੀ ਭੇਟ ਕਰਨ ਦੀ ਰਸਮ ਸੀ ਉਹ ਵੀ ਧੀ ਵੱਲੋਂ ਕੀਤੀ ਜਾਣੀ ਸੀ, ਪਰ ਉਹਨਾਂ ਨੂੰ ਉਹ ਵੀ ਮੌਕਾ ਨਹੀਂ ਮਿਲਿਆ, ਜਿੱਥੇ ਕਿ ਭਰੇ ਮਨ ਦੇ ਨਾਲ ਦੀਪ ਸਿੱਧੂ ਦੀ ਪਤਨੀ ਅਤੇ ਮਾਤਾ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ। ਦੀਪ ਸਿੱਧੂ ਦੀ ਪਤਨੀ ਅਤੇ ਉਹਨਾਂ ਦੀ ਧੀ ਨੇ ਹੋਰ ਕੀ ਗੱਲਾਂ ਬਾਤਾਂ ਕਹੀਆਂ ਨੇ, ਉਹ ਸੁਣਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਅਤੇ ਅਜਮੇਰ ਸਿੰਘ ਜੀ ਦੀ ਇਸ ਵੀਡੀਓ ਵੱਲ, ਅਤੇ ਨਾਲ ਹੀ ਤੁਹਾਨੂੰ ਸੁਣਾਵਾਂਗੇ ਕਿ ਕੱਲ੍ਹ ਅੰਤਿਮ ਅਰਦਾਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੇ ਕਤਲ ਬਾਰੇ ਕੁਝ ਅਹਿਮ ਖੁਲਾਸੇ ਕੀਤੇ ਨੇ, ਕੁਝ ਵੱਡੇ ਪਰੂਫ, ਕੁਝ ਵੱਡੇ ਸਬੂਤ ਤੱਥਾਂ ਦੇ ਆਧਾਰ 'ਤੇ ਆਪਣੀ ਸਪੀਚ ਦੇ ਦੌਰਾਨ ਦੱਸੇ। ਸੋ ਆਓ ਖਾਸ ਵੀਡੀਓਜ਼ ਤੁਹਾਡੇ ਨਾਲ ਅੱਜ ਦੀ ਇਸ ਅਪਡੇਟ ਵਿੱਚ ਸਾਂਝੀਆਂ ਕਰਾਂਗੇ। ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ, ਅਤੇ ਤੁਸੀਂ ਇਸ ਮਸਲੇ 'ਤੇ ਕੀ ਸੋਚਦੇ ਹੋ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਔਨ ਕਰਨਾ ਨਾ ਭੁੱਲਣਾ, ਤਾਂ ਕਿ ਹਰ ਇੱਕ ਖਾਸ ਅਪਡੇਟ, ਐਕਸਕਲੂਸਿਵ ਇੰਟਰਵਿਊਜ਼ ਅਤੇ ਹੋਰ ਖਾਸ ਵੀਡੀਓਜ਼ ਅਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ। ਬਾਤ ਹੋਈ ਹੈ ਉਹਦੀ ਬੇਟੀ ਨਾਲ, ਹੋਈ ਹੈ ਉਹਦੀ ਧਰਮ ਪਤਨੀ ਨਾਲ, ਹੋਈ ਹੈ ਉਹਨਾਂ ਨੇ ਸਾਨੂੰ ਬਹੁਤ ਤਰਲਾ ਲੈ ਕੇ ਅਪੀਲ ਕੀਤੀ ਹੈ ਕਿ ਜੋ ਸੰਸਕਾਰ ਵਾਲੇ ਦਿਨ ਉਹਨਾਂ ਨੂੰ ਉਹਦੇ ਨੇੜੇ ਵੀ ਨਹੀਂ ਜਾਣ ਜਾ ਸਕੀਆਂ। ਉਹ ਆਖਰੀ ਵਾਰ ਦੇਖ ਨਹੀਂ ਸਕੀ ਅਤੇ ਸਾਨੂੰ ਪਤਾ ਉਹਨਾਂ ਨੂੰ ਕਿੱਡਾ ਦੁੱਖ ਹੈ। ਉਹਦੀ ਵਾਈਫ ਦੇ ਜਿਹੜੇ ਸ਼ਬਦ ਸੀ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਵੇਖੋ ਪੰਜਾਬ ਤੋਂ ਬਾਹਰੋਂ ਨੇ, ਉਹ ਕਹਿੰਦੀ ਹਮਾਰੇ ਕਲਚਰ ਮੇਂ ਤੋਂ ਮਾਨਾ ਜਾਤਾ ਹੈ ਕਿ ਅਗਰ ਬੇਟੀ ਅਗਨੀ ਨਹੀਂ ਦੇਤੀ ਤੋ ਮੁਕਤੀ ਨਹੀਂ ਹੋਤੀ। ਤੋ ਇਹ ਜਿਹੜਾ ਪਛਤਾਵਾ ਹੈ ਜਿਹੜਾ ਉਹਦੇ ਮਨ 'ਚ, ਇਹ ਹਮੇਸ਼ਾ ਦਾ ਰੰਜ ਰਹਿ ਜਾਣਾ, ਅਸੀਂ ਇਸ ਨੂੰ ਕਿਤਨਾ ਪ੍ਰਭਾਸ਼ਿਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਸਾਡੇ ਕੋਲ ਮਤਲਬ ਜਿਵੇਂ ਉਹਦੀਆਂ ਅੱਖਾਂ 'ਚ ਪਾਣੀ ਸੀ, ਉਹਦਾ ਜੀ ਕਰਦਾ ਸੀ ਕਿ ਆਖਰੀ ਰਸਮਾਂ ਮੈਂ ਕਰਾਂ। ਸੋਚੋ ਇੱਕ ਬੱਚੀ ਨੂੰ ਅਤੇ ਕੀ ਵੀ ਕੀ ਬੀਤੀ ਹੋਊ, ਅਤੇ ਉਹਦਾ ਸਾਡੇ ਲੋਕਾਂ ਬਾਰੇ ਉਹਦੇ ਮਨ ਦੇ ਵਿੱਚ ਕੀ ਪ੍ਰਭਾਵ ਬਣਿਆ। ਇੱਕ ਪਾਸੇ ਉਹਨੂੰ ਸਦਮ ਹੈ ਬਾਪ ਦਾ, ਦੂਜੇ ਪਾਸੇ ਉਹਨੂੰ ਗੱਲ ਦੀ ਸਮਝ ਨਹੀਂ ਆ ਰਹੀ। ਮੈਨੂੰ ਇਹ ਨਹੀਂ ਪਤਾ ਕਿ ਉਹ ਆਪਦੀ ਧੀ ਨਾਲ ਕਿੰਨਾ ਅਟੈਚਡ ਸੀ। ਭੋਗ ਵਾਲੇ ਦਿਨ ਉਹਨਾਂ ਦੀ ਬਹੁਤ ਉਹਨਾਂ ਨੇ ਸਾਨੂੰ ਬੜੀ ਅਪੀਲ ਕੀਤੀ ਹੈ ਵੀ ਉਹ ਕੁਛ ਉੱਥੇ ਨਾ ਰਿਪੀਟ ਹੋਵੇ, ਉਹਦੀ ਇੱਕ ਤੁਸੀਂ ਉਹਨੂੰ ਵਿਦਾ ਕਰੋ, ਭਾਵੇਂ ਉਹ ਤੁਹਾਡੇ ਵਾਸਤੇ ਨਾਇਕ ਹੈ ਅਤੇ ਉਹ ਬੇਟੀ ਵਾਸਤੇ ਤਾਂ ਬਾਪ ਹੈ, ਪਤਨੀ ਵਾਸਤੇ ਹਸਬੈਂਡ। ਹਾਂ ਵੀ ਅਸੀਂ ਧੀ ਨਾਲ ਇਨਸਾਫ ਨਹੀਂ ਕਰ ਸਕੇ, ਅਤੇ ਜਿਹੜਾ ਧੀ ਨਾਲ ਇਨਸਾਫ ਨਹੀਂ ਕਰ ਸਕਦਾ ਉਹਦੇ ਕੋਲ ਕੌਮ ਦਾ ਭੜਾ ਵੀ ਨਹੀਂ ਹੋਣਾ। ਰੋ ਕੇ ਗਈ ਵਾਈਫ ਵੀ ਰੋਂਦੀ, ਕੋਈ ਕਿਹੜੀ ਬੱਚੀ ਨਹੀਂ ਰੋਏਗੀ। ਜਦੋਂ ਉਹ ਸਮਾਂ ਆਇਆ ਸੀ ਉਹਦੇ ਨਾਲ ਕੋਈ ਖੜਨ ਵਾਲਾ ਨਹੀਂ ਸੀਗਾ ਰਿਹਾ, ਪੱਕੇ ਬੰਦੇ ਵੀ ਟੁੱਟ ਗਏ ਸੀਗੇ। ਇਹ ਤਾਂ ਦੀਪ ਨੂੰ ਪੈਰ ਪੈਰ 'ਤੇ ਇੱਕ ਪੈਰਾਡੋਕਸ, ਇੱਕ ਸੰਕਟ ਝੱਲਣਾ ਪੈ ਰਿਹਾ ਸੀ। ਲੋਕਾਂ ਨੂੰ ਨਹੀਂ ਪਤਾ ਉਹ ਦਿਨ ਉਹਨੇ ਉਹ ਕਿਸ ਕਿਸਮ ਦੇ ਟਰਮੋਇਲ 'ਚੋਂ, ਸੰਕਟ 'ਚੋਂ, ਅਸੀਂ ਤਾਂ ਅਸੀਂ ਦੇਖਿਆ ਉਹਨੂੰ, ਇਹ ਪੂਰਾ ਜ਼ਿੰਮੇਵਾਰੀ ਨਾਲ ਕਹਿ ਸਕਦਾ ਦੀਪ ਵਰਗਾ ਬੰਦਾ ਨਹੀਂ ਕੋਈ ਦੇਖਿਆ। ਜ
ਜਿਵੇਂ ਉਹਨੇ ਆਪਦੇ ਆਪ ਨੂੰ ਉਹ ਸਾਰੇ ਕੁਛ ਦਾ ਸਾਹਮਣਾ ਕੀਤਾ ਮੈਂ ਵੀ ਨਹੀਂ ਸੀ ਕਰ ਸਕਦਾ। ਸੋ ਇਸ ਕਰਕੇ ਹੁਣ ਸਾਡੀ ਹੁਣੇ ਗੱਲਬਾਤ ਹੋਈ ਹੈ, ਉਹਦੀ ਬੇਟੀ ਨਾਲ ਹੋਈ ਹੈ, ਉਹਦੀ ਧਰਮ ਪਤਨੀ ਨਾਲ ਹੋਈ ਹੈ। ਉਹਨਾਂ ਨੇ ਸਾਨੂੰ ਬਹੁਤ ਤਰਲਾ ਲੈ ਕੇ ਅਪੀਲ ਕੀਤੀ ਹੈ ਕਿ ਜੋ ਸੰਸਕਾਰ ਵਾਲੇ ਦਿਨ ਉਹਨਾਂ ਨੂੰ ਉਹਦੇ ਨੇੜੇ ਵੀ ਨਹੀਂ ਜਾਣ ਜਾ ਸਕੀਆਂ, ਇਹ ਨਹੀਂ ਕਿ ਕਿਸੇ ਨੇ ਰੋਕੀਆਂ, ਐਡਾ ਕਿਓਸ, ਐਡੀ ਜਿਵੇਂ ਕਹਿ ਲਓ ਵੀ ਭੱਜ ਦੜ ਮੱਚੀ ਹੋਈ ਲੋਕਾਂ ਨੇ, ਕੋਈ ਬੰਦੇਜ ਨਹੀਂ, ਕੋਈ ਡਿਸਿਪਲਿਨ ਨਹੀਂ, ਕੋਈ ਜਾਬਤਾ ਨਹੀਂ। ਉਹ ਆਖਰੀ ਵਾਰ ਦੇਖ ਨਹੀਂ ਸਕੀ ਅਤੇ ਸਾਨੂੰ ਪਤਾ ਉਹਨਾਂ ਨੂੰ ਕਿੱਡਾ ਦੁੱਖ ਹੈ। ਇਸ ਗੱਲ ਅਤੇ ਇੱਕ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਦੀ ਧੀ ਨਾਲ ਕਿੰਨਾ ਅਟੈਚਡ ਸੀ, ਇਹ ਬਾਪ ਨੂੰ ਪਤਾ ਹੁੰਦਾ ਹੈ। ਅਤੇ ਦੀਪ ਦਾ ਜਿਹੜਾ ਇਹ ਪੱਖ ਹੈ ਉਹ ਠੀਕ ਹੈ, ਉਹ ਬਹੁਤ ਵੱਡਾ ਯੋਧਾ ਸੀ, ਸੂਰਮਾ ਸੀ ਕੌਮ ਵਾਸਤੇ, ਪਰ ਉਹ ਬਾਪ ਵੀ ਸੀ ਕਿਸੇ ਦਾ, ਇੱਕੋ ਧੀ ਸੀ। ਉਹ ਤਾਂ ਟੋਟਲ ਆਪਦਾ ਸਭ ਕੁਛ ਇਮੋਸ਼ਨਲ ਤੌਰ 'ਤੇ ਉਹਦੇ ਨਾਲ ਜੁੜਿਆ ਹੋਇਆ ਸੀ, ਇੱਧਰ ਇਹ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ, ਉੱਧਰ ਵਾਰ ਵਾਰ ਫੋਨ 'ਤੇ ਉਹਦੇ ਨਾਲ ਇਨਟੱਚ ਹੁੰਦਾ ਸੀ ਬੇਟੀ ਦੇ ਨਾਲ, ਉਹਦੀ ਹਰ ਇੱਕ ਗੱਲ ਦਾ, ਉਹਦੀ ਲੋੜ ਦਾ, ਉਹਦੀ ਐਕਟੀਵਿਟੀ ਦਾ ਇੰਨਾ ਧਿਆਨ ਰੱਖਦਾ ਸੀ ਕਿ ਉਹਦੀ ਪ੍ਰੋਪਰ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਜਿਵੇਂ ਜਿੰਨਾਂ ਨੂੰ ਆਪਦੀ ਬੋਡੀ ਦਾ, ਆਪਦੇ ਸਰੀਰ ਦਾ ਸੀ ਨਾ ਵੀ ਇਹਦੇ 'ਚ ਉਹ ਤੋਂ ਬੇਟਾ ਵਾ ਸਰੀਰ ਦੇਖਿਆ ਨਹੀਂ ਸੀ ਜਾਂਦਾ। ਸੋ ਬੇਟੀ ਨੂੰ ਉਹ ਮਤਲਬ ਇਹ ਸੀ ਵੀ ਤੂੰ ਐਕਸਰਸਾਈਜ਼ ਕਰ, ਜੇ ਕਿਤੇ ਉਹਨੂੰ ਲੱਗਣਾ ਵੀ ਤਾਂ ਕਰ ਲਈ ਐਕਸਰਸਾਈਜ਼ ਕਿ ਨਹੀਂ, ਹੁਣੇ ਕਰਕੇ ਮੈਨੂੰ ਇਹ ਰਿਪੋਰਟ ਹੋਣੀ ਚਾਹੀਦੀ ਹੈ। ਬਾਕੀ ਹੋਰ ਵੀ ਬੜਾ ਕੁਛ, ਕਿਉਂਕਿ ਸਾਡਾ ਅਸੀਂ ਉਹਨੂੰ ਬਹੁਤ ਹੋਰ ਤਰ੍ਹਾਂ ਦੇਖਿਆ, ਨੇੜਿਓਂ ਦੇਖਿਆ। ਜਿਹੜਾ ਇਹ ਪੱਖ ਹੈ ਦੀਪ ਦਾ, ਉਹਦੀਆਂ ਕੁਛ ਸੂਖਮ ਭਾਵਨਾਵਾਂ ਉਹ ਕਿਸ ਕਿਸਮ ਦੀਆਂ ਸੀਗੀਆਂ, ਮੈਂ ਤਾਂ ਇਹਦੀ ਕਦਰ ਕਰਦਾ ਸੀਗਾ। ਜਿਹੜੇ ਬੰਦੇ 'ਚ ਇਨਸਾਨੀਅਤ ਜਜ਼ਬਾ ਨਹੀਂ ਅਤੇ ਸੂਖਮਤਾ ਨਹੀਂ, ਉਹ ਜੇ ਪਾਪੂਲਰ ਹੋ ਜੇ ਬਹੁਤ ਖਤਰਨਾਕ ਬਣ ਜਾਂਦਾ। ਇਹ ਤਾਂ ਦੀਪ ਨੂੰ ਪੈਰ ਪੈਰ 'ਤੇ ਇੱਕ ਪੈਰਾਡੋਕਸ, ਇੱਕ ਸੰਕਟ ਝੱਲਣਾ ਪੈ ਰਿਹਾ ਸੀ। ਕੌਮ ਦਾ ਇੱਕ ਹੋਰ ਪੱਖ ਹੈ, ਇੱਕ ਹੋਰ ਰੌਮ ਹੈ, ਉਹ ਆਪਦੀ ਜਗ੍ਹਾ ਸੱਚੇ ਨੇ। ਜੋ ਕੁਛ ਵਾਪਰਿਆ ਸਿੱਖ ਕੌਮ ਨਾਲ, ਉਹ ਸਾਰਾ ਰੋਹ, ਕੌਮ ਦਾ ਗੁੱਸਾ, ਉਹ ਆਪਦੀ ਜਗ੍ਹਾ ਸੱਚਾ ਹੈ। ਸਾਡੇ ਕੋਲ ਮਤਲਬ ਜਿਵੇਂ ਉਹਦੀਆਂ ਅੱਖਾਂ 'ਚ ਪਾਣੀ ਸੀ ਵੀ ਉਹਦਾ ਜੀ ਕਰਦਾ ਸੀ ਕਿ ਆਖਰੀ ਰਸਮਾਂ ਮੈਂ ਕਰਾਂ, ਅਤੇ ਚਿਖਾ ਨੂੰ ਵੀ ਉਹ ਦਾ ਦੇਣਾ ਚਾਹੁੰਦੀ ਸੀ, ਪਰ ਉਹਨੂੰ ਪਹੁੰਚਣ ਵੀ ਨਹੀਂ ਦਿੱਤਾ ਉੱਥੇ। ਤੁਸੀਂ ਸੋਚੋ ਇੱਕ ਬੱਚੀ ਨੂੰ ਅਤੇ ਕੀ ਵੀ ਕੀ ਬੀਤੀ ਹੋਊ, ਅਤੇ ਉਹਦਾ ਸਾਡੇ ਲੋਕਾਂ ਬਾਰੇ ਉਹਦੇ ਮਨ ਦੇ ਵਿੱਚ ਕੀ ਪ੍ਰਭਾਵ ਬਣਿਆ ਹੋਊ। ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਹੈ ਨਾ, ਇੱਕ ਸੂਖਮ ਭਾਵਨਾਵਾਂ ਪ੍ਰਤੀ, ਹੌਲੀ ਹੌਲੀ ਸਿਆਣੀ ਹੋਊ, ਸਮਝੂ, ਹੁਣ ਤਾਂ ਬੱਚੀ ਹੈ ਜੇ, ਉਹਨੂੰ ਇਹ ਕਲਚਰ ਦਾ ਪਤਾ ਵੀ ਨਹੀਂ, ਹੁਣ ਤਾਂ ਸਮਝ ਵੀ ਨਹੀਂ ਸੀ ਆ ਰਹੀ ਵੀ ਐਡਾ ਐਡਾ ਇਹ ਕੀ ਹੋ ਗਿਆ ਇਹ। ਉਹ ਸਾਡੇ ਉਹ ਨਹੀਂ, ਉਹਨਾਂ ਨੂੰ ਇਸ ਗੱਲ ਦੀ ਨਾ ਮਤਲਬ ਵੀ ਐਡਾ ਉਹਦੇ ਵਾਸਤੇ ਪਤਾ ਹੀ ਨਹੀਂ ਸੀ ਉਹਨੂੰ ਵੀ ਐਂ ਹੋਊ। ਇੱਕ ਪਾਸੇ ਉਹਨੂੰ ਸਦਮ ਹੈ ਬਾਪ ਦਾ, ਦੂਜੇ ਪਾਸੇ ਉਹਨੂੰ ਗੱਲ ਦੀ ਸਮਝ ਨਹੀਂ ਆ ਰਹੀ ਕਿ ਔਸ ਹੈ, ਭਗਦੜ ਹੈ, ਕੋਈ ਉਸ ਤਰ੍ਹਾਂ ਦਾ ਨਹੀਂ। ਅਤੇ ਉਹ ਚਲੋ ਉਸ ਮੌਕੇ ਤਾਂ ਲੋਕਾਂ ਨੂੰ ਕੋਈ ਦੋਸ਼ ਨਹੀਂ ਦੇ ਸਕਦੇ, ਲੋਕਾਂ ਦਾ ਕੋਈ ਦੋਸ਼ ਨਹੀਂ ਸੀ, ਹਾਂ ਕਿਸੇ ਦਾ ਵੀ ਆਪਣੇ ਆਪ 'ਤੇ ਕੋਈ ਕਾਬੂ ਨਹੀਂ ਸੀ, ਨਾ ਉਹ ਹੋ ਸਕਦਾ ਸੀ। ਪਰ ਅਸੀਂ ਸਾਡੀਆਂ ਆਤਮਾ 'ਤੇ ਇਹ ਮਨ 'ਤੇ ਲਗਾਤਾਰ ਇਹ ਬੋਝ ਰਹਿਣਾ ਹੈ, ਹਾਂ ਵੀ ਅਸੀਂ ਧੀ ਨਾਲ ਇਨਸਾਫ਼ ਨਹੀਂ ਕਰ ਸਕੇ। ਜ਼ਿੰਦਗੀ ਦਾ ਬਹੁਤ ਲੰਬਾ ਤਜਰਬਾ ਹੈ, ਲਹਿਰਾਂ ਦਾ ਵੀ ਤਜਰਬਾ ਹੈ। ਮੈਂ ਅੱਜ ਇਹ ਪੂਰਾ ਜ਼ਿੰਮੇਵਾਰੀ ਨਾਲ ਕਹਿ ਸਕਦਾ, ਦੀਪ ਵਰਗਾ ਬੰਦਾ ਨਹੀਂ ਕੋਈ ਦੇਖਿਆ। ਪਰਿਵਾਰ ਦੀਆਂ ਭਾਵਨਾਵਾਂ ਦਾ ਅਸੀਂ ਬਹੁਤ ਖਿਆਲ ਰੱਖੀਏ, ਉਹਦੀ ਵਾਈਫ ਦੇ ਜਿਹੜੇ ਸ਼ਬਦ ਸੀ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਵੇਖੋ ਪੰਜਾਬ ਤੋਂ ਬਾਹਰੋਂ ਨੇ, ਉਹ ਕਹਿੰਦੀ ਹਮਾਰੇ ਕਲਚਰ ਮੇ ਤੋਂ ਮਾਨਾ ਜਾਤਾ ਹੈ ਕਿ ਅਗਰ ਬੇਟੀ ਅਗਨੀ ਨਹੀਂ ਦੇਤੀ ਤੋ ਮੁਕਤੀ ਨਹੀਂ ਹੋਤੀ, ਤੋ ਇਹ ਜਿਹੜਾ ਪਛਤਾਵਾ ਹੈ ਜਿਹੜਾ ਉਹਦੇ ਮਨ 'ਚ, ਇਹ ਹਮੇਸ਼ਾ ਦਾ ਰੰਜ ਰਹਿ ਜਾਣਾ, ਅਸੀਂ ਇਸ ਨੂੰ ਕਿਤਨਾ ਪ੍ਰਭਾਸ਼ਿਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅਸੀਂ ਉਸ ਪਰਿਵਾਰ ਦੀਆਂ ਭਾਵਨਾਵਾਂ ਦਾ ਕਦਰ ਜ਼ਰੂਰ ਕਰੀਏ। ਕਿ ਜਿਹੜਾ ਇਹ ਹਾਦਸਾ ਹੋਇਆ, ਇਸ ਦੀ ਤਫਤੀਸ਼ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋਵੇ, ਇਹ ਕਿਵੇਂ ਹੋਊਗੀ? ਇਹ ਕਿਵੇਂ ਹੋਊਗੀ? ਇਹਦਾ ਢਾਂਚਾ UN ਦੇ ਕੋਲ ਹੈਗਾ। ਜਦੋਂ ਲੈਬਨੋਨ ਦਾ ਪ੍ਰਾਈਮ ਮਿਨਿਸਟਰ ਮਾਰਿਆ ਗਿਆ ਸੀ ਹਰਾਰੇ,
ਉਹਦੀ ਮੌਤ ਦੀ ਤਫਤੀਸ਼ ਯੂਐਨ ਦੀ ਕਮੇਟੀ ਨੇ ਕਰਾਈ ਸੀ। ਲਾਗੇ ਪਾਕਿਸਤਾਨ ਦੇ ਵਿੱਚ ਜਦੋਂ ਬੀਬੀ ਬੇਨਜ਼ੀਰ ਭੁੱਟੋ ਨੂੰ ਕਤਲ ਕਰਾਇਆ ਗਿਆ ਸੀ, ਉਹਦੀ ਤਫਤੀਸ਼ ਵੀ ਯੂਐਨ ਤੋਂ ਕਰਵਾਈ ਗਈ ਸੀ। ਬੇਸ਼ੱਕ ਸਾਡੇ ਕੋਲ ਅੱਜ ਕੋਈ ਆਜ਼ਾਦ ਸਟੇਟ ਨਹੀਂ ਹੈ, ਪਰ ਮੈਂ ਸਮਝਦਾ ਕਿ ਅਸੀਂ ਇੱਕ ਸਿੱਖ ਇੱਡੀ ਤਕੜੀ ਕੌਮ ਹੈ। ਮੈਂ ਇੰਟਰਨੈਸ਼ਨਲੀ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਕਿ ਆਪਾਂ ਪੂਰਾ ਜ਼ੋਰ ਲਾ ਕੇ ਇਹਦੀ ਤਫਤੀਸ਼ ਯੂਐਨ ਦੀ ਕਮੇਟੀ ਤੋਂ ਕਰਾਈਏ। ਆਸ ਕਰਦਾ ਫਤਿਹ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।